ਡਾਕਟਰ ਸਾਹਿਬ, ਇਹ ਕਰੋਨਾ ਬਿਮਾਰੀ ਕੀ ਹੈ? ਕਰੋਨਾ ਇੱਕ ਵਾਇਰਸ ਹੈ ਤੇ ਖਾਂਸੀ ਜਾਂ ਬੁਖਾਰ ਜਾਂ ਸਾਹ ਲੈਣ ਵਿੱਚ ਤਕਲੀਫ ਹੋਣਾ ਇਸ ਦੇ ਲੱਛਣ ਨੇ ਤੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜੇਕਰ ਕੋਈ ਵਿਅਕਤੀ ਪਿਛਲੇ 14 ਦਿਨਾਂ 'ਚ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਦੇਸ਼ ਜਾਂ ਵਿਅਕਤੀ ਦੇ ਸੰਪਰਕ ਵਿੱਚ ਆਇਆ ਹੈ ਤਾਂ ਉਹ ਭੀੜ ਭੜੱਕੇ ਵਿੱਚ ਨਾ ਜਾਵੇ ਤੇ ਘਰ ਵਿੱਚ ਹੀ ਰਹੇ ਤੇ ਜੇਕਰ ਉਸਨੂੰ 14 ਦਿਨਾਂ ਵਿੱਚ ਖਾਂਸੀ ਜਾਂ ਬੁਖਾਰ ਜਾਂ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਤਾਂ ਉਹ ਸਿਹਤ ਵਿਭਾਗ ਦੇ ਟੋਲ ਫ੍ਰੀ ਨੰਬਰ 104 ਤੇ ਜਾਂ ਸਟੇਟ ਕੰਟਰੋਲ ਰੂਮ ਦੇ ਨੰਬਰ 88720900029 ਤੇ ਰਿਪੋਰਟ ਕਰੇ। ਇਸ ਤੋਂ ਬਚਿਆ ਕਿਵੇਂ ਜਾ ਸਕਦਾ? ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਕਿਸੇ ਵੀ ਚੀਜ਼ ਨੂੰ ਹੱਥ ਲਾਉਣ ਮਗਰੋਂ ਸਾਬਣ ਪਾਣੀ ਨਾਲ ਘੱਟੋ ਘੱਟ 20 ਸੈਕਿੰਡ ਹੱਥ ਧੋਵੋ, ਬਾਰ ਬਾਰ ਅੱਖਾਂ, ਨੱਕ ਅਤੇ ਮੂੰਹ ਨੂੰ ਨਾ ਛੂਹੋ, ਖੁੱਲੇ ਵਿੱਚ ਨਾ ਥੁੱਕੋ ਤੇ ਜੇਕਰ ਖਾਂਸੀ ਜਾਂ ਛਿੱਕਾਂ ਆ ਰਹੀਆਂ ਹਨ ਤਾਂ ਆਪਣੇ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਪੇਪਰ ਨਾਲ ਢੱਕ ਲਵੋ। ਡਾਕਟਰ ਸਾਹਿਬ, ਮਾਸਕ ਦੀ ਜ਼ਰੂਰਤ ਸਿਹਤਮੰਦ ਵਿਅਕਤੀਆਂ ਨੂੰ ਨਹੀਂ ਹੈ, ਸਿਰਫ ਖਾਂਸੀ ਜਾਂ ਜ਼ੁਕਾਮ ਨਾਲ ਪ੍ਰਭਾਵਿਤ ਵਿਅਕਤੀ ਹੀ ਮਾਸਕ ਦਾ ਇਸਤੇਮਾਲ ਕਰਨ।